ਸਤਿ ਸ਼੍ਰੀ ਅਕਾਲ ਮੈਂ ਹਾਂ ਲਖਵਿੰਦਰ ਸਿੰਘ ਮਾਨ ਇਸ ਪ੍ਰੋਗਰਾਮ ਵਿੱਚ ਜਿਸ ਦਾ ਨਾਮ ਹੈ ਜੀ ਪਖਦੇ ਮਸਲੇ ਪੰਜਾਬ ਦੇ ਸਾਰੇ ਦਰਸ਼ਕ ਜੋ ਦੇਖ ਰਹੇ ਨੇ ਸਵਾਗਤ ਕਰਦੇ ਦਰਸ਼ਕਾਂ ਦਾ ਸੋ ਅੱਜ ਜਿਹੜੇ ਮਸਲਿਆਂ ਦੀ ਗੱਲ ਕਰਾਂਗੇ ਅਸੀਂ ਜਿਸ ਦੇ ਵਿੱਚ ਕੁਝ ਗੰਭੀਰ ਵੀ ਨੇ ਤੇ ਕੁਝ ਹਾਸੇ ਠੱਠੇ ਵਾਲੇ ਮੁੱਦੇ ਵੀ ਨੇ ਸੋ ਸਭ ਤੋਂ ਪਹਿਲਾਂ ਮੈਂ ਸਵਾਗਤ ਕਰਾਂਗਾ ਸਾਡੇ ਸੀਨੀਅਰ ਪੱਤਰਕਾਰ ਅਵਤਾਰ ਸਿੰਘ ਗਿੱਲ ਜੀ ਦਾ ਗਿੱਲ ਸਾਹਿਬ ਸਵਾਗਤ ਹੈ ਜੀ ਪ੍ਰੋਗਰਾਮ 'ਚ ਧੰਨਵਾਦ ਲਖਵਿੰਦਰ ਜੀ ਪ੍ਰੋਗਰਾਮ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਸੋ ਗਿੱਲ ਸਾਹਿਬ ਅੱਜ ਜੋ ਮਸਲੇ ਨੇ ਸਾਡੇ ਕੋਲ ਪ੍ਰੋਗਰਾਮ ਦੇ ਵਿੱਚ ਉਹ ਕੁਝ ਗੰਭੀਰ ਵੀ ਨੇ ਤੇ ਕੁਝ ਮਜ਼ਾਕੀਆ ਵੀ ਨੇ ਕਿਉਂਕਿ ਮੁੱਦੇ ਤਾਂ ਮੁੱਦੇ ਨੇ ਉਹ ਭਾਵੇਂ ਗੰਭੀਰ ਹੋਣ ਭਾਵੇਂ ਸਾਨੂੰ ਹਾਸੇ ਡੱਟੇ ਵਾਲੇ ਹੋਣ ਮੁੱਦੇ ਤਾਂ ਮੁੱਦੇ ਨੇ ਲੇਕਿਨ ਸਭ ਤੋਂ ਪਹਿਲਾਂ ਆਪਾਂ ਕੁਝ ਗੰਭੀਰ ਮੁੱਦਿਆਂ ਦੀ ਗੱਲ ਕਰੀਏ ਤੇ ਗੱਲ ਕਰਾਂਗੇ ਉਸ ਮੁੱਦੇ ਦੀ ਜਿਸ ਮੁੱਦੇ ਨੂੰ ਲੈ ਕੇ ਸਾਡੇ ਪੰਜਾਬੀ ਕਦੇ ਵੀ ਸਜਗ ਮਹਿਸੂਸ ਨਹੀਂ ਕਰਦੇ ਜਾਕਰ ਕਦੇ ਵੀ ਉਸ ਮੁੱਦੇ ਦੀ ਗੱਲ ਨਹੀਂ ਕਰਦੇ ਜਦੋਂ ਵੀ ਸਰਕਾਰਾਂ ਬਣਦੀਆਂ ਨੇ ਨਵੀਂ ਸਰਕਾਰ ਹੋ ਚਾਹੁੰਦੀ ਹੈ ਜਾਂ ਕੋਈ ਅਫਸਰ ਮੰਤਰੀ ਮੁੱਖ ਮੰਤਰੀ ਉਹਨਾਂ ਦੇ ਇਲਾਕੇ ਦੇ ਵਿੱਚ ਪਹੁੰਚਦਾ ਤਾਂ ਉਹਨਾਂ ਦੀਆਂ ਮੰਗਾਂ ਕੀ ਹੁੰਦੀਆਂ ਨੇ ਸਾਨੂੰ ਆਟਾ ਦੇ ਦਿਓ ਜੀ ਸਾਨੂੰ ਦਾਲਾਂ ਦੇ ਦਿਓ ਜੀ ਸਾਡੀ ਬਿਜਲੀ ਮੁਫਤ ਕਰ ਦਿਓ ਜੀ ਸਾਡੀ ਗਲੀਆਂ ਨਾਲੀਆਂ ਬਣਾ ਦਿਓ ਜੀ ਲੇਕਿਨ ਜੇਕਰ ਸਭ ਤੋਂ ਮੇਨ ਮੁੱਦੇ ਦੀ ਗੱਲ ਕਰੀਏ ਜਿਸ ਦੇ ਉੱਪਰ ਗੱਲ ਹੋਣੀ ਚਾਹੀਦੀ ਹੈ ਉਸ ਮੁੱਦੇ ਬਾਰੇ ਸਾਡੇ ਪੰਜਾਬ ਦੇ ਲੋਕ ਪਤਾ ਨਹੀਂ ਕਿਉਂ ਖਾਮੋਸ਼ ਹੋ ਜਾਂਦੇ ਨੇ ਸੋ ਉਸ ਮੁੱਦੇ ਬਾਰੇ ਗੱਲ ਕਰਾਂਗੇ ਅੱਜ ਗੱਲ ਕਰਾਂਗੇ ਸਿਹਤ ਸਹੂਲਤਾਂ ਦੀ ਕਿਉਂਕਿ 1947 ਤੋਂ ਜਦੋਂ ਦੇਸ਼ ਆਜ਼ਾਦ ਹੋਇਆ ਵੱਖਰੇ ਸੂਬੇ ਬਣੇ ਨੇ ਸੋ ਪੰਜਾਬ ਦੀ ਛੱਡੋ ਪੂਰੇ ਦੇਸ਼ ਦੀ ਤਰਾਸਦੀ ਰਹੀ ਹੈ ਵੀ ਸਿਹਤ ਸਹੂਲਤਾਂ ਪੱਕੋ ਸਾਡਾ ਦੇਸ਼ ਸਾਡਾ ਸੂਬਾ ਪਛੜਿਆ ਰਿਹਾ ਸੋ ਅੱਜ ਇਸ ਮੁੱਦੇ ਦੀ ਗੱਲ ਕਰੀਏ ਕੀ ਕਾਰਨ ਆ ਆਖਰ ਲੋਕ ਅਵੇਸਲੇ ਕਿਉਂ ਨੇ ਸਿਹਤ ਦਾ ਮੁੱਦਾ ਜਿਹੜਾ ਸਭ ਤੋਂ ਜ਼ਿਆਦਾ ਜ਼ਰੂਰੀ ਹੈ ਕਿਉਂਕਿ ਜੇ ਸਿਹਤ ਹੋਏਗੀ ਜੇ ਜਿਵੇਂ ਸਾਡੇ ਸਿਆਣੇ ਕਹਿੰਦੇ ਨੇ ਜੇ ਜਾਨ ਹੈ ਤਾਂ ਜਾਨ ਹੈ ਜਿਹੜੇ ਬਾਕੀ ਮੁੱਦਿਆਂ ਦੀ ਗੱਲ ਕਰਦੇ ਨੇ ਬਾਕੀ ਸੁੱਖ ਸਹੂਲਤਾਂ ਦੀ ਗੱਲ ਕਰਦੇ ਨੇ ਸਰਕਾਰਾਂ ਅੱਗੇ ਡਿਮਾਂਡਾਂ ਰੱਖਦੇ ਨੇ ਉਹ ਸਹੂਲਤਾਂ ਵੀ ਤਾਂ ਵਧੀਆ ਲੱਗਣਗੀਆਂ ਜੇਕਰ ਸਾਡੀ ਸਿਹਤ ਸਹੀ ਹੋਏਗੀ ਜੇਕਰ ਅਸੀਂ ਵੈਸੇ ਹੀ ਮੰਜਿਆਂ ਦੇ ਨਾਲ ਜੁੜੇ ਰਹਾਂਗੇ ਤਾਂ ਸਹੂਲਤਾਂ ਦਾ ਕੀ ਕਰਾਂਗੇ ਸੋ ਕਿਉਂ ਲੋਕ ਇੰਨੇ ਅਵੇਸਲੇ ਨੇ ਇਹਨਾਂ ਸਹੂਲਤਾਂ ਦੇ ਸੋਰੀ ਇਹਨਾਂ ਮੁੱਦਿਆਂ ਦੇ ਲਈ ਇਹਨਾਂ ਮਸਲਿਆਂ ਦੇ ਲਈ ਕੀ ਕਾਰਨ ਕੀ ਨੇ ਲੋਕ ਸਿਹਤ ਸਹੂਲਤ ਤੋਂ ਇੰਨੇ ਅਵੇਸਲੇ ਕਿਉਂ ਨੇ ਲਖਵਿੰਦਰ ਜੀ ਦੇਖੋ ਸਭ ਤੋਂ ਵੱਡੀ ਗੱਲ ਇਹ ਹੈ ਕਿ ਸਾਡੇ ਜਿਹੜੇ ਪੰਜਾਬ ਦੇ ਲੋਕ ਨੇ ਨਾ ਉਹ ਅਸਲ ਦੇ ਵਿੱਚ ਇਹਨਾਂ ਮੁੱਦਿਆਂ ਦੇ ਵਿੱਚ ਭਟਕਾ ਦਿੱਤੇ ਗਏ ਨੇ ਉਹਨਾਂ ਨੂੰ ਉਲਝਾ ਦਿੱਤਾ ਗਿਆ ਹੋਰ ਹੀ ਗੱਲਾਂ ਦੇ ਵਿੱਚ ਤੁਹਾਨੂੰ ਬਿਜਲੀ ਦੇ ਦਾਂਗੇ ਤੁਹਾਡੇ ਰਾਸ਼ਨ ਘਰੇ ਪਹੁੰਚਾ ਦਾਂਗੇ ਤੁਹਾਨੂੰ ਆਹ ਦੇ ਦਾਂਗੇ ਤੁਹਾਨੂੰ ਉਹ ਦੇ ਦਾਂਗੇ ਅਸਲ ਦੇ ਵਿੱਚ ਲੋਕ ਉਲਝ ਗਏ ਨੇ ਲੋਕ ਇਸ ਗੱਲ ਦੇ ਉੱਤੇ ਫੋਕਸ ਹੀ ਨਹੀਂ ਕਰਦੇ ਕਿ ਸਾਨੂੰ ਕਿਸ ਚੀਜ਼ ਦੀ ਲੋੜ ਹੈ ਜਾਂ ਫਿਰ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਨੇ ਉਹਨਾਂ ਨੂੰ ਅਸੀਂ ਸਿਕਿਓਰ ਕਿਸ ਤਰ੍ਹਾਂ ਕਰ ਸਕਦੇ ਹਾਂ ਉਹਨਾਂ ਦੀਆਂ ਮੁਸ਼ਕਲਾਂ ਕੀ ਹੋਣ ਵਾਲੀਆਂ ਨੇ ਕੀ ਅਸੀਂ ਉਹਨਾਂ ਮੁਸ਼ਕਲਾਂ ਦਾ ਕੋਈ ਹੱਲ ਲੱਭਿਆ ਤਾਂ ਉੱਥੇ ਤੱਕ ਇਹਨਾਂ ਦੀ ਸੋਚ ਕੰਮ ਹੀ ਨਹੀਂ ਕਰ ਰਹੀ ਅਸਲ ਦੇ ਵਿੱਚ ਮੁੱਦਾ ਕੀ ਹੈ ਸਾਡੇ ਲੋਕ ਨੇ ਨਾ ਜਿਹੜੇ ਉਹ ਸਿਰਫ ਤੇ ਸਿਰਫ ਇੱਕ ਕਹਿ ਲਈਏ ਕਿ ਮਜ਼ਾਕੀਆ ਕਿਸਮ ਦੇ ਜਿਹੜੇ ਕਹਿ ਲਈਏ ਆ ਪਹਿਲਾਂ ਵੀ ਮੈਂ ਗੱਲ ਕੀਤੀ ਸੀ ਪਿਛਲੇ ਪ੍ਰੋਗਰਾਮ 'ਚ ਕੋਈ ਮੁੱਖ ਮੰਤਰੀ ਦੇਖ ਲਿਆ ਜਾਂ ਫਿਰ ਕੋਈ ਹੋਰ ਦੇਖ ਲਿਆ ਹਰਮਨ ਚੀਮਾ ਦੇਖ ਲਿਆ ਜਾਂ ਫਿਰ ਇਹੋ ਜਿਹੀਆਂ ਚੀਜ਼ਾਂ ਦੇ ਇਹੋ ਜਿਹੀ ਮਾਨਸਿਕਤਾ ਹੋ ਗਈ ਹੈ ਲੇਕਿਨ ਕੋਈ ਗੱਲ ਨਹੀਂ ਕਰਦਾ ਕਿ ਕਿੱਡੀ ਵੱਡੀ ਤਰਾਸਦੀ ਹੈ ਪੰਜਾਬ ਦੀ ਕਿ ਬਠਿੰਡਾ ਤੋਂ ਇੱਕ ਕੈਂਸਰ ਟ੍ਰੇਨ ਚੱਲਦੀ ਹੈ ਜਿਹਦਾ ਨਾਂ ਹੀ ਪੈ ਗਿਆ ਕੈਂਸਰ ਟ੍ਰੇਨ ਜੋ ਰਾਜਸਥਾਨ ਨੂੰ ਜਾਂਦੀ ਹੈ ਜੀ ਉਸ ਦੇ ਵਿੱਚ ਜਿੰਨੇ ਲੋਕ ਹੁੰਦੇ ਨੇ ਸਾਰੇ ਕੈਂਸਰ ਤੋਂ ਪੀੜਿਤ ਹੁੰਦੇ ਨੇ ਜੋ ਕਿ ਰਾਜਸਥਾਨ ਦੇ ਵਿੱਚ ਆਪਣਾ ਇਲਾਜ ਕਰਾਉਣ ਜਾਂਦੇ ਨੇ ਪੰਜਾਬ ਇੱਕ ਚੰਗਾ ਸੂਬਾ ਤਾਂ ਰਾਜਸਥਾਨ ਨਾਲੋਂ ਤਾਂ ਕਈ ਦਰਜੇ ਅੱਗੇ ਕਹਿ ਸਕਦੇ ਹਾਂ ਆਪਾਂ ਪੰਜਾਬ ਨੂੰ ਤਾਂ ਪੰਜਾਬ ਦੇ ਵਿੱਚ ਆਖਰ ਇਹ ਸਹੂਲਤ ਕਿਉਂ ਨਹੀਂ ਮਿਲ ਰਹੀ ਪੂਰੀ ਮਾਲਵਾ ਬੈਲਟ ਹੈ ਜਿਹੜੀ ਮਾਲਵਾ ਬੈਲਟ ਇੰਨੀ ਬੁਰੀ ਤਰ੍ਹਾਂ ਦੇ ਨਾਲ ਪ੍ਰਭਾਵਿਤ ਹੋ ਚੁੱਕੀ ਹੈ ਕੈਂਸਰ ਦੀ ਗੱਲ ਕਰ ਲਈਏ ਹਰ ਘਰ ਦੇ ਵਿੱਚ ਇੱਕ ਕੈਂਸਰ ਦਾ ਮਰੀਜ਼ ਪਿਆ ਸੋ ਕੈਂਸਰ ਦੀ ਹੱਬ ਦੇ ਨਾਮ ਵੀ ਜਾਣ ਲੱਗੇ ਹੁਣ ਤਾਂ ਮਾਲਵਾ ਖੇਤਰ ਬਿਲਕੁਲ ਬਿਲਕੁਲ ਲਖਵਿੰਦਰ ਜੀ ਹਰ ਇੱਕ ਘਰ ਦੇ ਵਿੱਚ ਇੱਕ ਜਾਂ ਦੋ ਕੈਂਸਰ ਦੇ ਮਰੀਜ਼ ਪਏ ਹੋਏ ਨੇ ਉਹਦੇ ਕਾਰਨ ਕੀ ਨੇ ਉੱਥੇ ਕੋਈ ਨਹੀਂ ਜਾਂਦਾ ਕਈ ਪਿੰਡ ਨੇ ਜਿੱਥੇ ਕੋਈ ਬੰਦਾ ਹੀ ਨਹੀਂ ਬਚਿਆ ਕਰਜ਼ੇ ਦੀ ਵੀ ਨਾਲ ਹੀ ਗੱਲ ਕਰ ਦਿੰਦਾ ਹੁਣ ਮੈਂ ਮਾਲਵਾ ਖੇਤਰ ਦੇ ਵਿੱਚ ਬਹੁਤ ਸਾਰੇ ਪਿੰਡ ਨੇ ਜਿਹੜੇ ਵਿਧਵਾਵਾਂ ਦੇ ਪਿੰਡ ਦੇ ਨਾਲ ਜਾਣੇ ਜਾਂਦੇ ਨੇ ਕਿੱਡੀ ਵੱਡੀ ਤਰਾਸਦੀ ਹੈ ਕਿ ਇੱਕ ਖੁਸ਼ਹਾਲ ਸੂਬਾ ਜਿਸ ਨੂੰ ਪੂਰੇ ਦੇਸ਼ ਦੇ ਵਿੱਚ ਇੱਕ ਨੰਬਰ 'ਤੇ ਜਾਣਿਆ ਜਾਂਦਾ ਸੀ ਅੱਜ ਉਸ ਸੂਬੇ ਦਾ ਸਾਡੇ ਲੋਕਾਂ ਦੀ ਮਾਨਸਿਕਤਾ ਕਰਕੇ ਹਸ਼ਰ ਕੀ ਹੋ ਚੁੱਕਿਆ ਕੀ ਹਾਲਾਤ ਬਣ ਚੁੱਕੇ ਨੇ ਕੀ ਅਸੀਂ ਕਦੋਂ ਜਾਗਰੂਕ ਹੋਵਾਂਗੇ ਕਦੋਂ ਅਸੀਂ ਸਰਕਾਰਾਂ ਨੂੰ ਇਹ ਗੱਲ ਕਹਾਂਗੇ ਕਿ ਸਾਨੂੰ ਜਿਹੜੀਆਂ ਸਿਹਤ ਸਹੂਲਤਾਂ ਦੀ ਪਹਿਲਾਂ ਲੋੜ ਹੈ ਗੱਲ ਕਰ ਦਿੱਤੀ ਜਾਂਦੀ ਹੈ ਵੱਡੇ ਵੱਡੇ ਹਸਪਤਾਲ ਬਣਾਏ ਜਾਣਗੇ ਲੇਕਿਨ ਉਹ ਗੱਲਾਂ ਹਵਾ 'ਚ ਹੀ ਰਹਿ ਜਾਂਦੀਆਂ ਨੇ ਜਿਹੜੇ ਹਸਪਤਾਲ ਚੱਲ ਰਹੇ ਨੇ ਉਹਨਾਂ ਦਾ ਹਾਲ ਹਾਲੋਂ ਬੇਹਾਲ ਹੈ
डॉक्टर है नहीं, नर्सा है नहीं, स्टाफ है नहीं, दवाइयां है नहीं, तो किस तरह के नाल लोग कहते हैं कि असी जिंदगी जीव रहे हैं। जेकर तुसी सेहतमंद जिंदगी नहीं जीव रहे फिर थोड़े जीवन का भी की फायदा। अज तुहानू कैंसर है, कलू ये तुहाडे बच्चों भी हो सकता है, तो क्यों नहीं तुसी सहूलत मंगते कि कोई अजिहा हॉस्पिटल खोलिया जाए जिस दे विच कैंसर का इलाज है जिहड़ा पंजाब च होवे, या फिर वो कारण लभे जाण कि किहड़े कारना करके सारा मालवा खिता है जिहड़ा कैंसर बैल्ट बन गया। लुधियाने का बुढ़ा नाला या फिर जलंधर दियाँ प्रदूषित पानी जिहड़ा कंपनिया का रंगाई कंपनिया ने जिहड़ियां पता नहीं किन्ना क हज़ारां लीटर कैमिकल जिहड़ा पानी है कैमिकल वाला रंगा वाला जिहड़ा वेस्टेज पानी हुंदा वो उस नाले दे विच सुट रही ने, उही पानी है जिहड़ा वह राजस्थान जाने वाली भाखड़ा दे विच सुट दिता जाता। तो तुसी कई बार देखो कई जगह पर जाके नहरां का यह हाल है कि उत्थे पानी काला हुंदा, लोग कैंसर या फिर हैपेटाइटिस सी जिहड़ा काला पीली है उसका शिकार हो रहे ने, रोज़ जाना जा रही ने, रोज़ लोग मर रहे ने, लेकिन लोग जागरूक नहीं हो रहे। पता नहीं क्यों साडे लोग ने जेडे वो कि नींद दे विच सौ गए ने कि पंजाब दे इना मुद्दियां नू चुकना पंजाबियों का फर्ज नहीं है, कि पंजाब दे लोगों का यह फर्ज नहीं बनता कि राजनीतिक लोगों नू यह गल कही जाए कि जिस तरह के नाल कैंसर के नाल पंजाब च लोग मर रहे ने तो इसका कोई हल कढ़िया जाए, कोई प्रदूषण नू लैके जिहड़ा पानी दे विच जहर घोलिया जा रहा है इस दे लई सख्त कानून बनाए जाण, कोई सख्त नीतियां बनाईयां जाण, लेकिन कोई गल ही नहीं करता। बड़ी मैं कहना एडा गंभीर मुद्दा होवे और उस दे उत्ते कोई भी ना बोले, बड़ी त्रासदी कह सकते हैं पंजाब की। तुसीं देखो हर घर दे विच एक ना अद्धी मौत हुंदी है कैंसर के कारण, जे पिछली आपां रेशो चक लीए तां करीबन करीबन पंजाब दे विच 10 तो 12 लोग रोज कैंसर करके मर रहे ने जी, तो किड्डी वड्डी त्रासदी है। लेकिन लोग सेहत सहूलतों वल जागरूक ही है नहीं, ना ही अज तक किसी ने सोचा कि सानू सब तो पहला सेहत जरूरी है, क्योंकि गीतां दे विच भी कहा जाता है कि सेहत पहला जरूरी है, बाकी दे काम तो सारे बाद च भी हो जाएंगे, राशन बिजलियां बाद च भी फ्री मिल जाएगियां, पहला अपनी सेहत का मसला हल कर लियो जी। सो बिल्कुल जी, सेहत बारे साडे लोग क्योंकि साडे पंजाब दे गीतां दे विच अक्सर कहा जाता कि सारे कम्मां नालों पहला सेहत जरूरी है, सो उही गल कर रहा सी। बाकी सारे मुद्दियां दी गल कर लैणगे, आटा स्कीम दी गल करनगे, राशन सानू बिजली मुफ्त सानू आ दे दो, सो लेकिन इस मुद्दे वल शायद लोग अवेसले होए पे ने, की कारण ने तुसीं समझाउण दी कोशिश जी, लेकिन लोगों नू समझ बिल्कुल जरूर आ गई होएगी। तुसीं गल कीती सी पाणियां दी जी, कि जे मालवे कदे कुछ लेक खेतरां दे विच कैंसर ज़्यादा होण दा कारण ये है वी इन्ना दूषित हो चुक्या पाणी वी उत्थों पाणी काला निकलदा गा जी। सो एक पासे तां इह काले पाणी तों पीड़ित ने साडे मालवे दे लोक, दूसरे पासे हुण साडे पाणियां दी गल करिए, जिहड़ा पाणी पीण योग है साफ सुथरा पाणी है उन्हां दी लुट होण दी गल हो रही हैगी। हरियाणे वल्लों वड्डे वड्डे दावे कीते जा रहे ने, कोर्ट दे विच जाण दीआं गल्लां होईआं ने, ते साडीआं सरकारां चुप ने। जिथे साडे पंजाब दे लोकां नूं पाणी चाहीदा है वी इह पाणी पीण दे लई साडे जो नहरां दा पाणी आ उत्थे मुहैया कराया जावे, उत्थे दिल्ली वल ते हरियाणे वल पाणी दीआं नहरां बणाईआं जा रहीआं ने। किवें देख रहे हो मसला इक वार फिर तों भखिआ, क्योंकि आम आदमी पार्टी के राज सभा मैंबर सुशील गुप्ता के वलों एक बयान आया है भी जेकर सरकार बनती है हिमाचल के आम आदमी पार्टी की आने वाली विधानसभा चोणों के SYL नहर का पानी हरियाणे के हर एक खेत तक पहुँचेगा। किवें देख रहे हो, एक पास साडा पंजाब जिहड़ा कि गंदा पानी पीण लई मजबूर है, तो उन्होंने जो कुदरती सेवा वो दूजे राज्यों में दिता जा रहा है, किवें देख रहे हो? बिल्कुल लखविंदर जी, ये तो वो गल होगी कि अपने नैण तू मैनू दे आप मटकाउंदी, फिर वो गल है कि अपना जिहड़ा पीण वाला पानी है जिहड़ा अपनियां आने वाली पीढ़ियां नू भी जिहदी सख्त लोड़ है। बेशक तुसी लोग अज झोने ला के बहुत अमीर हो गए हो, तुसी पैसे कमा ले ने झोना बीज बीज के, लेकिन तुसी पंजाब दा किन्ना पानी बर्बाद करता है, किन्ने साल चल सकता सी वो पानी वो तुसी बर्बाद कर छड़िया, आने वाली पीढ़ियां दे लई तुसी की छड़ के जा रहे हो? क्योंकि देखो आपां तां सारयां ने उमरां हंडा लईआं ने, अपनियां तां उमरां लंघ गईआं ने, हुण ये नहीं पता कदों किनू हार्ट अटैक हो जाए, कदों रब ना करे किसी का एक्सीडेंट हो जाए,
ਕਿਹੜਾ ਬੰਦਾ ਕਦੋਂ ਦੁਨੀਆ ਨੂੰ ਅਲਵਿਦਾ ਕਹਿ ਜੇ, ਕੁਛ ਨਹੀਂ ਕਿਹਾ ਜਾ ਸਕਦਾ। ਕਿਉਂਕਿ ਦੇਖੋ ਜਿਸ ਤਰ੍ਹਾਂ ਦੀਆਂ ਖਬਰਾਂ ਆਉਂਦੀਆਂ ਨੇ, 23-23 ਸਾਲ ਦੇ ਨੌਜਵਾਨਾਂ ਨੂੰ ਹਾਰਟ ਅਟੈਕ ਹੋਣ ਲੱਗੇ ਨੇ, ਕਾਰਨ ਕੀ ਹੈ? ਕਾਰਨ ਤਾਂ ਉਹੀ ਹੈ ਨਾ, ਦੂਸ਼ਿਤ ਪਾਣੀ। ਦੂਸ਼ਿਤ ਪਾਣੀ ਕੈਂਸਰ ਦਾ ਕਾਰਨ ਵੀ ਦੂਸ਼ਿਤ ਪਾਣੀ ਹੀ ਆ। ਲੇਕਿਨ ਅੱਜ ਤੱਕ ਸਾਡੇ ਪੰਜਾਬ ਦੇ ਸਾਰੇ ਖੇਤਾਂ ਨੂੰ ਨਹਿਰੀ ਪਾਣੀ ਨਹੀਂ ਮਿਲ ਸਕਿਆ, ਜਦਕਿ ਸਾਡੇ ਸੂਬੇ ਦਾ ਕੁਦਰਤੀ ਸੋਮਾ ਪਾਣੀ, ਤਾਂ ਸਾਡਾ ਪਾਣੀ ਸਾਨੂੰ ਨਹੀਂ ਮਿਲ ਸਕਿਆ। ਲੇਕਿਨ ਦੂਜੇ ਨੇ ਜਿਹੜੇ ਉਹ ਆ ਕੇ ਰੋਬ ਦੇ ਨਾਲ ਹੱਕ ਜਮਾ ਰਹੇ ਨੇ ਕਿ ਪਾਣੀ ਸਾਨੂੰ ਵੀ ਦਿਓ, ਪਾਣੀ ਵੀ ਲੈਣਾ ਅਤੇ ਲੈਣਾ ਵੀ ਧੋਣ 'ਤੇ ਗੋਡਾ ਰੱਖ ਗਿਆ। ਉਹੀ ਕੰਮ ਹੁਣ ਹਰਿਆਣਾ ਨੇ ਕੀਤਾ, ਜਿਸ ਤਰ੍ਹਾਂ ਦੇ ਨਾਲ ਸੁਸ਼ੀਲ ਗੁਪਤਾ ਜੀ ਨੇ ਬਿਆਨ ਦਿੱਤਾ। ਬੜੀ ਮੰਦਭਾਗੀ ਗੱਲ ਹੈ, ਵੱਡੇ ਬਦਲਾਅ ਦੀ ਗੱਲ ਕੀਤੀ ਗਈ ਸੀ ਪੰਜਾਬ ਦੇ ਵਿੱਚ, ਬਦਲਾਅ ਦੇ ਨਾਂ ਦੇ ਉੱਤੇ ਵੱਡੇ ਵੱਡੇ ਬੋਰਡ ਉਖਾੜ ਕੇ ਸਿੱਟ ਦਿੱਤੇ ਲੋਕਾਂ ਨੇ। ਲੇਕਿਨ ਹੁਣ ਤੁਹਾਡੇ ਸਾਰੇ MLA ਸਾਹਿਬਾਨ, ਮੁੱਖ ਮੰਤਰੀ ਸਾਹਿਬਾਨ ਅਤੇ ਤਾਜ਼ੇ 5 ਚੁਣ ਕੇ ਭੇਜੇ ਹੋਏ ਮੈਂਬਰ ਪਾਰਲੀਮੈਂਟ ਉਸ ਦਿਨ ਕਿੱਥੇ ਸੀ ਜਦੋਂ ਸੁਸ਼ੀਲ ਗੁਪਤਾ ਵੱਲੋਂ ਅਜਿਹਾ ਬਿਆਨ ਦਿੱਤਾ ਗਿਆ? ਉਸ ਬਿਆਨ ਦੇ ਖਿਲਾਫ਼ ਕਿਉਂ ਨਹੀਂ ਕੋਈ ਬੋਲਿਆ? ਕੀ ਤੁਹਾਨੂੰ ਇੱਥੋਂ ਸਮਝ ਨਹੀਂ ਆਉਂਦਾ ਕਿ ਰਾਜਨੀਤਿਕ ਲੋਕ ਨੇ ਜਿਹੜੇ ਉਹ ਤੁਹਾਡੇ ਸੂਬੇ ਨੂੰ ਕਿੱਧਰ ਨੂੰ ਲੈ ਕੇ ਜਾ ਰਹੇ ਨੇ, ਕਿਸ ਤਰ੍ਹਾਂ ਦੇ ਨਾਲ ਤੁਹਾਡੇ ਕੁਦਰਤੀ ਸੋਮਿਆਂ ਦੀ ਲੁੱਟ ਕੀਤੀ ਜਾ ਰਹੀ ਹੈ? ਪੰਜਾਬੀਓ, ਜਾਗ ਜਾਓ, ਨਹੀਂ ਤਾਂ ਬਹੁਤ ਦੇਰ ਹੋ ਜਾਣੀ ਹੈ। ਆਉਣ ਵਾਲੀਆਂ ਪੀੜ੍ਹੀਆਂ ਸਵਾਲ ਕਰਨਗੀਆਂ ਕਿ ਆਖਿਰ ਤੁਸੀਂ ਲੋਕਾਂ ਨੇ ਸਾਡੇ ਲਈ ਕੀਤਾ ਕੀ ਹੈ। ਜੀ ਬਿਲਕੁਲ ਬਿਲਕੁਲ, ਪਾਣੀਆਂ ਦੀ ਗੱਲ ਤੁਸੀਂ ਕੀਤੀ ਆ ਵੀ ਸਰਕਾਰ ਵੱਲੋਂ ਕੋਸ਼ਿਸ਼ ਜੋ ਜਾਰੀ ਨੇ, ਅੱਜ ਹਰਪਾਲ ਚੀਮਾ ਜੀ ਵੱਲੋਂ ਬਿਆਨ ਵੀ ਇਹ ਆ ਗਿਆ ਵੀ ਭਾਈ ਅਸੀਂ ਇੱਕ ਵੀ ਬੂੰਦ ਬਾਹਰ ਨਹੀਂ ਜਾਣ ਦੇਵਾਂਗੇ, ਬਾਕੀ ਚਾਹੇ ਸਾਰੀਆਂ ਬੂੰਦਾਂ ਚਲੇ ਜਾਣ, ਲੇਕਿਨ ਇੱਕ ਬੂੰਦ ਅਸੀਂ ਬਚਾ ਕੇ ਰੱਖਾਂਗੇ ਪੰਜਾਬ ਦੇ ਲਈ, ਕਿਉਂਕਿ ਕਹਿੰਦੇ ਪੰਜਾਬ ਕੋਲ ਪਾਣੀ ਨਹੀਂ। ਸੋ ਸਰਕਾਰ ਸੰਜੀਦਾ ਤਾਂ ਬਹੁਤ ਹੋ ਚੁੱਕੀ ਆ, ਬਦਲਾਅ ਆਇਆ ਜਿਵੇਂ ਤੁਸੀਂ ਗੱਲ ਕੀਤੀ, ਲੋਕ ਬਦਲਾਅ ਲੈ ਕੇ ਆ ਰਹੇ, ਵੱਡੇ ਵੱਡੇ ਬੋਰਡ ਪੱਟ ਕੇ ਸੁੱਟ ਤੇ ਪੰਜਾਬ ਦੇ ਲੋਕਾਂ ਨੇ। ਸੋ ਸਰਕਾਰ ਵੀ ਹੁਣ ਗੰਭੀਰ ਹੁੰਦੀ ਨਜ਼ਰ ਆ ਰਹੀ ਹੈ ਮੁੱਦਿਆਂ ਨੂੰ ਲੈ ਕੇ। ਸੋ ਇੱਕ ਮੁੱਦੇ ਦੀ ਗੱਲ ਕਰੀਏ ਸਮਾਜਿਕ ਸੁਰੱਖਿਆ ਦੀ ਜੀ, ਤੋ ਲੋਕਾਂ ਦੀ ਸਿਹਤ ਦੇ ਨਾਲ ਵੀ ਖਿਲਵਾੜ ਨਾ ਹੋਵੇ, ਲੋਕ ਸੁਰੱਖਿਅਤ ਰਹਿਣ ਵੱਡੇ ਹਮਲਿਆਂ ਤੋਂ, ਇਸਦੇ ਲਈ ਇੱਕ ਵੱਡਾ ਬੈਨ ਲਗਾਇਆ ਗਿਆ ਪੰਜਾਬ ਦੀ ਸਰਕਾਰ ਵੱਲੋਂ ਜੀ। ਸੋ ਜ਼ਿਲ੍ਹੇ ਸੰਗਰੂਰ ਤੋਂ ਇਹਦੀ ਸ਼ੁਰੂਆਤ ਹੋ ਚੁੱਕੀ ਹੈ, ਇੱਕ ਬਹੁਤ ਵੱਡਾ ਬੈਨ ਹੈ ਜੀ ਜਿਹਦੇ ਨਾਲ ਲੋਕ ਸੁਰੱਖਿਅਤ ਰਹਿਣਗੇ ਹੁਣ। ਸੋ ਹੋ ਸਕਦਾ ਆਉਣ ਵਾਲੇ ਸਮੇਂ 'ਤੇ ਪੂਰੇ ਪੰਜਾਬ ਦੇ ਵਿੱਚ ਇਹ ਬੈਨ ਲਗਾਤਾ ਜਾਵੇ। ਗੱਲ ਕਰਾਂਗੇ ਲੋਕਾਂ ਨੂੰ ਬਚਾਉਣ ਦੇ ਲਈ, ਸਰਕਾਰ ਕਹਿੰਦੀ ਹੁਣ ਕੁੱਤਿਆਂ 'ਤੇ ਬੈਨ ਲਾ ਦਿਓ ਜੀ, ਅਮਰੀਕਨ ਬੁੱਲੀ, ਅਮਰੀਕਨ ਪਿਟਬਿਲ ਦੀ ਪਿਟਬੁੱਲ, ਉਸ ਤੋਂ ਬਾਅਦ ਗੱਲ ਕਰੀਏ ਪਾਕਿਸਤਾਨੀ ਬੁੱਲੀ ਤੇ ਕਈ ਹੋਰ ਨਸਲਾਂ, ਕਹਿੰਦੇ ਇਹਨਾਂ ਤੋਂ ਪੰਜਾਬ ਨੂੰ ਜ਼ਿਆਦਾ ਖਤਰਾ ਹੈ, ਪਹਿਲਾਂ ਇਹਨਾਂ ਤੋਂ ਕੰਟਰੋਲ ਕਰੀਏ, ਉਸ ਤੋਂ ਬਾਅਦ ਆਪਾਂ ਬਾਕੀ ਸੁਰੱਖਿਆ ਦੀ ਗੱਲ ਕਰਾਂਗੇ। ਕਿਵੇਂ ਦੇਖ ਰਹੇ ਹੋ ਇਸ ਪੂਰੇ ਜੋ ਬੈਨ ਲੱਗਿਆ ਗਾ, ਜ਼ਿਲ੍ਹਾ ਸੰਗਰੂਰ ਤੋਂ ਸ਼ੁਰੂਆਤ ਹੋ ਗਈ ਹੈ, ਪੰਜਾਬ ਦੇ ਵਿੱਚ ਵੀ ਹੋ ਸਕਦਾ ਆਉਣ ਵਾਲੇ ਸਮੇਂ ਦੇ ਵਿੱਚ ਬੈਨ ਲੱਗ ਜੇ, ਕਿੰਨੀ ਸੁਰੱਖਿਆ ਮਿਲੇਗੀ? ਅਤੇ ਨਾਲ ਮੈਂ ਕੋਸ਼ਿਸ਼ ਕਰਾਂਗੇ ਜਾਣਨ ਦੀ ਵੀ ਇਹਨਾਂ ਕੁੱਤਿਆਂ ਤੋਂ ਕਿੰਨਾ ਕੁ ਖਤਰਾ ਗਾ ਸਾਡੇ ਪੰਜਾਬ ਦੇ ਲੋਕਾਂ ਨੂੰ, ਅਤੇ ਕਿੰਨਾ ਕੁ ਫਾਇਦਾ ਅਤੇ ਨੁਕਸਾਨ ਇਸ ਦੇ ਨਾਲ ਪੰਜਾਬ ਦੇ ਲੋਕਾਂ ਨੂੰ ਅਤੇ ਨਾਲ ਸਰਕਾਰ ਨੂੰ ਹੋਊਗਾ। ਬਿਲਕੁਲ ਲਖਵਿੰਦਰ ਜੀ, ਦੇਖੋ ਕਿੱਡੀ ਹਾਸੋਹੀਣੀ ਗੱਲ ਹੈ ਕਿ ਇੱਕ ਨਵੀਂ ਚੁਣੀ ਸਰਕਾਰ ਸੁਰੱਖਿਆ ਦੇ ਮੁੱਦੇ 'ਤੇ ਲੈ ਕੇ ਕੁੱਤੇ ਬੈਨ ਕਰਨ ਜਾ ਰਹੀ ਹੈ। ਹੁਣ ਪੰਜਾਬੀਆਂ ਨੂੰ ਫਿਕਰ ਪੈ ਗਿਆ, ਕਿਉਂਕਿ ਸਾਡੇ ਪੰਜਾਬੀ ਨੇ ਜਿਹੜੇ ਬੜੇ ਸ਼ੌਂਕ ਰੱਖਦੇ ਨੇ, ਵੱਡੇ ਵੱਡੇ ਸ਼ੌਂਕ, 2-2 ਲੱਖ ਦੇ, 3-3 ਲੱਖ ਦੇ ਕੁੱਤੇ ਰੱਖੇ ਹੋਏ ਨੇ ਉਹਨਾਂ ਨੇ, ਹੁਣ ਫਿਕਰ ਪੈ ਗਿਆ ਕਿ ਹੁਣ ਇਹਨਾਂ ਨੂੰ ਲੈ ਕੇ ਜਾਈਏ ਕਿੱਥੇ। ਕਿਉਂਕਿ ਦੇਖੋ ਇਹ ਬੈਨ ਸੰਗਰੂਰ 'ਚ ਤਾਂ ਲੱਗ ਗਿਆ, ਲੇਕਿਨ ਇਹ ਆਉਣ ਵਾਲੇ ਦਿਨਾਂ ਦੇ ਵਿੱਚ ਪੂਰੇ ਪੰਜਾਬ ਦੇ ਵਿੱਚ ਲੱਗਣ ਜਾ ਰਿਹਾ, ਨੀਤੀ ਬਣਾਈ ਜਾ ਰਹੀ ਹੈ। ਤਾਂ ਹੁਣ ਲੋਕਾਂ ਨੂੰ ਫਿਕਰ ਪੈ ਗਿਆ ਕਿ ਕੁੱਤੇ ਲੈ ਕੇ ਜਾਵਾਂਗੇ ਕਿੱਥੇ ਜੀ, ਮਹਿੰਗੇ ਬੜੇ ਨੇ। ਕੁੱਤਿਆਂ ਦਾ ਤਾਂ ਫਿਕਰ ਹੈਗਾ, ਲੇਕਿਨ ਆਪਣੀ ਆਉਣ ਵਾਲੀਆਂ ਪੀੜ੍ਹੀਆਂ ਜਾਂ ਆਪਣੇ ਬੱਚਿਆਂ ਦਾ ਫਿਕਰ ਨਹੀਂ ਹੈ ਪੰਜਾਬੀਓ ਤੁਹਾਨੂੰ ਜੀ? ਕੁੱਤਿਆਂ ਨੂੰ ਲੈ ਕੇ ਤਾਂ ਤੁਸੀਂ ਬੜੇ ਸੰਜੀਦਾ ਹੋ ਕਿ ਸਰਕਾਰ ਨੇ ਗਲਤ ਫੈਸਲਾ ਕਰਤਾ, ਜਿਹੜੇ ਕੁੱਤੇ ਨੇ ਨੁਕਸਾਨ ਨਹੀਂ ਪਹੁੰਚਾਉਂਦੇ। ਦੇਖੋ ਇਹ ਲਖਵਿੰਦਰ ਜੀ ਖਤਰਨਾਕ ਕਿਸਮਾਂ ਨੇ ਜੀ, ਇਹ ਕੁੱਤੇ ਨੇ ਜਿਹੜੇ ਇਹ ਮਾਲਕ ਨਾਲ ਵੀ ਉਦੋਂ ਤੱਕ ਹੀ ਵਫ਼ਾਦਾਰ ਨੇ ਜਦੋਂ ਤੱਕ ਉਹਨਾਂ ਦਾ ਮੂਡ ਸਹੀ ਹੈ ਜੀ। ਜੇਕਰ ਇਸ ਕੁੱਤੇ ਦਾ ਮੂਡ ਵਿਗੜ ਗਿਆ ਤਾਂ ਇਹ ਨਹੀਂ ਪਤਾ ਆਪਣੇ ਮਾਲਕ ਨੂੰ ਹੀ ਪਾੜ ਕੇ ਖਾ ਜੇ। ਪਿੱਛੇ ਇੱਕ ਘਟਨਾ ਹੋਈ ਸੀ ਤਰਨ ਤਾਰਨ ਦੇ ਵਿੱਚ, ਜਿੱਥੇ ਆਪਣੇ ਮਾਲਕ ਨੂੰ ਹੀ ਕੁੱਤੇ ਨੇ ਮਾਰ ਦਿੱਤਾ ਸੀ ਜੀ। ਤਾਂ ਪਿਛਲੇ ਸਮੇਂ ਦੇ ਦੌਰਾਨ ਜੇਕਰ ਗੱਲ ਕਰ ਲਈਏ ਅਵਾਰਾ ਕੁੱਤਿਆਂ ਵੱਲੋਂ ਵੀ, ਇੱਕ ਪਿਛਲੇ ਪੂਰੇ ਸਾਲ ਦੀ ਜੇ ਮੈਂ ਫਿਗਰ ਰੱਖਾਂ ਤਾਂ ਕਰੀਬਨ 17 ਬੱਚੇ ਨੇ ਜਿਹੜੇ ਉਹਨਾਂ ਦੀ ਜਾਨ ਅਵਾਰਾ ਕੁੱਤਿਆਂ ਕਰਕੇ ਗਈ ਹੈ, ਜਿਹੜੇ ਹੱਡਾ ਰੋੜੀ ਵਾਲੇ ਨੇ ਬੱਚਿਆਂ ਨੂੰ ਖਿੱਚ ਕੇ ਖੇਤਾਂ 'ਚ ਲੈ ਗਏ ਅਤੇ ਨੋਚ ਕੇ ਖਾ ਗਏ। ਤਾਂ ਹੁਣ ਜੇਕਰ ਇਹਨਾਂ 'ਤੇ ਬੈਨ ਲਗਾਇਆ ਗਿਆ ਹੈ, ਲੋਕਾਂ ਨੇ ਪਾਲੇ ਹੋਏ ਨੇ ਘਰਾਂ ਦੇ ਵਿੱਚ, ਅਸਲ ਦੇ ਵਿੱਚ ਵੱਡਾ ਦੁੱਖ ਇਹ ਲੱਗਿਆ ਲੋਕਾਂ ਨੂੰ, ਬਿਜ਼ਨਸ ਬਣਾਇਆ ਹੋਇਆ ਸੀ ਲਖਵਿੰਦਰ ਜੀ ਜੀ, ਅਸਲ ਦੇ ਵਿੱਚ ਇਹਨਾਂ ਦੇ ਜਿਹੜੇ ਬੱਚੇ ਲਏ ਜਾਂਦੇ ਸੀ ਫਿਰ ਉਹ ਮਹਿੰਗੇ ਮੁੱਲਾਂ 'ਤੇ ਵੇਚੇ ਜਾਂਦੇ ਸੀ,
ਬਿਜ਼ਨਸ ਬਣਾ ਲਿਆ ਸੀ ਤਾਂ ਹੁਣ ਤਾਂ ਲੋਕਾਂ ਨੂੰ ਤਕਲੀਫ ਮਹਿਸੂਸ ਹੋਈ ਹੈ ਕਿ ਇਹਨੂੰ ਲੈ ਕੇ ਕਿੱਥੇ ਜਾਈਏ। ਹੁਣ ਮੈਂ ਸੋਸ਼ਲ ਮੀਡੀਆ ਤੇ ਪੜ੍ਹ ਰਿਹਾ ਸੀ, ਕਿਸੇ ਨੇ ਲਿਖਿਆ ਕਿ ਹੁਣ ਕੁੱਤੇ ਲੈ ਕੇ ਦੱਸੋ ਅਸੀਂ ਕਿਹੜੇ ਦੇਸ਼ 'ਚ ਚਲੇ ਜਾਈਏ, ਇਹਨਾਂ ਨੂੰ ਕਿੱਥੇ ਛੱਡ ਕੇ ਆਈਏ। ਦੇਖੋ ਛੱਡ ਕੇ ਆਉਣ ਦੀ ਤਾਂ ਚਲੋ ਗੱਲ ਵੱਖਰੀ ਹੈਗੀ ਹੈ, ਜੇ ਸਰਕਾਰ ਨੇ ਪਾਬੰਦੀ ਲਾਈ ਹੈ ਤਾਂ ਸਰਕਾਰ ਕੋਈ ਨਾ ਕੋਈ ਇਹਦਾ ਹੱਲ ਵੀ ਕੱਢੂਗੀ ਕਿ ਇਹਨਾਂ ਨੂੰ ਕਿੱਥੇ ਲੈ ਕੇ ਜਾਣਾ ਜਾਂ ਕਿੱਥੇ ਛੱਡਣਾ ਜਾਂ ਫਿਰ ਇਹਨਾਂ ਦਾ ਕੀ ਹੱਲ ਕੱਢਣਾ। ਤੇ ਇਹ ਤਾਂ ਹੈ ਨਹੀਂ ਵੀ ਸਰਕਾਰ ਗੋਲੀ ਦਾ ਹੁਕਮ ਕਰ ਦੂਗੀ ਜਾਂ ਫਿਰ ਕਹਿ ਦੂਗੀ ਕਿ ਜਿਹੜੇ ਪਾਕਿਸਤਾਨ ਤੋਂ ਲਿਆਂਦੇ ਨੇ ਪਾਕਿਸਤਾਨ ਨੂੰ ਵਾਪਸ ਭੇਜ ਦਿਓ। ਇਹ ਕੁਛ ਤਾਂ ਨਹੀਂ ਹੋਣਾ, ਇਹਦਾ ਹੱਲ ਵੀ ਕੱਢਿਆ ਜਾਊਗਾ। ਲੇਕਿਨ ਸੋਚ ਕਿੱਥੇ ਖੜੀ ਹੈ ਪੰਜਾਬ ਦੇ ਲੋਕਾਂ ਦੀ, ਪੰਜਾਬ ਦੇ ਅਸਲ ਮੁੱਦੇ ਕਿੱਥੇ ਨੇ? ਕੁੱਤੇ ਬਿੱਲਿਆਂ ਦੇ ਤੋਤਿਆਂ ਦੇ ਮੁੱਦੇ ਜਿਹੜੇ ਉਹ ਚੱਕੇ ਜਾ ਰਹੇ ਨੇ। ਕੁੱਤੇ ਬਿੱਲਿਆਂ ਨੂੰ ਲੈ ਕੇ ਤੁਸੀਂ ਗੰਭੀਰ ਹੋ, ਤੁਸੀਂ ਆਪਣੇ ਬੱਚਿਆਂ ਨੂੰ ਲੈ ਕੇ ਗੰਭੀਰ ਕਿਉਂ ਨਹੀਂ ਆ? ਕਿਉਂ ਤੁਹਾਨੂੰ ਇਹ ਨਜ਼ਰ ਨਹੀਂ ਆਉਂਦਾ ਕਿ ਤੁਹਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਨੇ ਜਿਹੜੀਆਂ ਉਹ ਉਹਨਾਂ ਦੇ ਲਈ ਤੁਸੀਂ ਕਿਹੜੇ ਸਰੋਤ ਛੱਡ ਕੇ ਜਾ ਰਹੇ ਹੋ? ਕਿਉਂਕਿ ਤੁਸੀਂ ਤਾਂ ਦੁਨੀਆਂ ਨੂੰ ਅਲਵਿਦਾ ਕਹਿ ਜਾਣਾ ਜੀ, ਕਿਉਂਕਿ ਜਿਹਨਾਂ ਦੀ ਉਮਰ ਅੱਜ 50 ਸਾਲ ਹੋ ਗਈ ਆ ਉਹਨਾਂ ਨੇ 20-30 ਸਾਲ ਨੂੰ ਇਸ ਦੁਨੀਆਂ ਨੂੰ ਅਲਵਿਦਾ ਕਹਿ ਜਾਣਾ। ਜਾਂ ਫਿਰ ਹੋ ਸਕਦਾ ਕੋਈ ਪਹਿਲਾਂ ਵੀ ਕਹਿ ਜਾਵੇ, ਚਲੋ ਰੱਬ ਨਾ ਕਰੇ, ਅਸੀਂ ਕਹਿੰਦੇ ਹਾਂ ਸਭ ਦੀਆਂ ਉਮਰਾਂ ਲੰਮੀਆਂ ਹੋਣ, ਪੰਜਾਬੀ ਲੰਮੀਆਂ ਉਮਰਾਂ ਜੀਣ। ਲੇਕਿਨ ਜਿਸ ਤਰ੍ਹਾਂ ਦੇ ਹਾਲਾਤ ਬਣ ਗਏ ਨੇ ਕਿ ਕੋਈ 50 ਟੱਪਦਾ ਨਹੀਂ ਹੈ, ਪਹਿਲਾਂ ਹੀ ਕੰਮ ਹੋ ਜਾਂਦਾ, ਤਾਂ ਕੀ ਤੁਸੀਂ ਛੱਡ ਕੇ ਜਾ ਰਹੇ ਹੋ ਆਪਣੇ ਬੱਚਿਆਂ ਦੇ ਲਈ? ਕੀ ਤੁਸੀਂ ਜਿਹੜਾ ਪੈਸਾ ਇਕੱਠਾ ਕੀਤਾ ਉਸ ਪੈਸੇ ਦੇ ਨਾਲ ਤੁਹਾਡੇ ਬੱਚੇ ਕੁਦਰਤੀ ਹਵਾ ਖਰੀਦ ਲੈਣਗੇ ਜਾਂ ਫਿਰ ਪਾਣੀ ਖਰੀਦ ਲੈਣਗੇ? ਕੁੱਤਿਆਂ ਦੇ ਫਿਕਰ ਛੱਡੋ, ਪੰਜਾਬ ਦੇ ਉਹ ਮੁੱਦੇ ਚੱਕੋ ਜਿਹੜੇ ਚੱਕਣ ਦੀ ਲੋੜ ਹੈ। ਬਦਲਾਅ ਕੀਤਾ ਤੁਸੀਂ, ਆਪਣੇ ਆਪ 'ਚ ਵੀ ਥੋੜ੍ਹਾ ਬਦਲਾਅ ਕਰ ਲਓ। ਕੁੱਤਿਆਂ ਦੀ ਫਿਕਰ ਤਾਂ ਤੁਹਾਨੂੰ ਬਹੁਤ ਹੋ ਗਈ ਹੈ ਜੀ, ਲੇਕਿਨ ਪੰਜਾਬ ਦੀ ਵੀ ਫਿਕਰ ਕਰ ਲਓ। ਬਿਲਕੁਲ, ਤੁਸੀਂ ਬਦਲਾਅ ਦੀ ਗੱਲ ਕੀਤੀ ਹੈ ਜੀ ਗਿੱਲ ਸਾਹਿਬ, ਇੱਕ ਬਦਲਾਅ ਹੋਰ ਬੜਾ ਵੱਡਾ ਦੇਖਣ ਨੂੰ ਮਿਲਿਆ ਜੀ। ਜੀ ਗੱਲ ਫਿਰ ਵੀ ਸੁਰੱਖਿਆ ਨਾਲ ਜੁੜੀ ਹੋਈ ਆ ਗਈ ਜੀ, ਗੱਲ ਪੰਜਾਬ ਪੁਲਿਸ ਦੀ ਕਰੀਏ ਜੀ, ਸੋ ਉੱਥੇ ਇੱਕ ਮੈਨੂੰ ਬੜਾ ਵੱਡਾ ਬਦਲਾਅ ਦੇਖਣ ਨੂੰ ਮਿਲਿਆ ਜੇਕਰ ਗੱਲ ਕਰੀਏ ਥਾਣੇਦਾਰਾਂ ਦੀ ਜੀ। ਕਿਸੇ ਟਾਈਮ ਸਾਡੀਆਂ ਭੈਣਾਂ, ਸਾਡੀਆਂ ਜੋ ਮਾਤਾਵਾਂ ਨੇ ਇਸ ਟਾਈਮ ਆਪਣੀ ਜਵਾਨੀ 'ਚ ਹੁੰਦੀ ਤੀ, ਇੱਕ ਬੋਲੀ ਪਹੁੰਚਦੀਆਂ ਕਿ ਥਾਣੇ ਦੋ ਡਾਰ ਦੇ ਬਰਾਬਰ ਡਹਿੰਦੀ ਕੁਰਸੀ ਮੇਰੇ ਵੀਰ ਦੀ, ਬੜਾ ਵੱਡਾ ਰੁਤਬਾ ਮੰਨਿਆ ਜਾਂਦਾ ਸੀ ਥਾਣੇਦਾਰ ਸਾਹਿਬ ਦਾ। ਲੇਕਿਨ ਅੱਜ ਬਦਲਾਅ ਇੱਥੇ ਹੀ ਬਹੁਤ ਵੱਡਾ ਆਇਆ ਹੋਇਆ। ਪਹਿਲਾਂ ਆਪਾਂ ਆਮ ਚੌਂਕਾਂ ਦੇ ਵਿੱਚ ਜਦੋਂ ਗੁਜ਼ਰਦੇ ਸੀ ਉੱਥੇ ਦੇਖਦੇ ਸੀ ਵੀ ਸੁਰੱਖਿਆ ਦੇ ਲਈ ਜਾਂ ਟ੍ਰੈਫਿਕ ਦੇ ਲਈ ਜਿਹੜੇ ਪੁਲਿਸ ਮੁਲਾਜ਼ਮ ਹੁੰਦੇ ਸੀ ਉਹਨਾਂ ਦੇ ਵਿੱਚ ਇੱਕ ਥਾਣੇਦਾਰ ਖੜਦਾ ਸੀ ਤੇ ਨਾਲ 5 ਜਾਂ 7 ਸਿਪਾਹੀ ਹੁੰਦੇ ਸੀ ਜਾਂ 1-2 ਹੌਲਦਾਰ ਹੁੰਦੇ ਸੀ। ਲੇਕਿਨ ਇੱਥੇ ਬਹੁਤ ਵੱਡਾ ਬਦਲਾਅ ਆ ਗਿਆ ਗਿੱਲ ਸਾਹਿਬ, ਹੁਣ ਤਾਂ ਇਹ ਹਾਲਾਤ ਹੋਏ ਪਏ ਪੰਜਾਬ ਦੇ, ਮੈਂ ਹੁਣ ਟ੍ਰੈਫਿਕ ਨਿਕਲ ਗਏ, ਤੁਹਾਨੂੰ ਪਤਾ ਵੀ ਸਰਕਾਰ ਨੇ ਥੋੜ੍ਹੀ ਸਖਤੀ ਕਰਤੀ ਹੈ, ਹਰੇਕ ਚੌਂਕ ਦੇ ਵਿੱਚ ਪੁਲਿਸ ਖੜੀ ਹੈ। ਲੇਕਿਨ ਉੱਥੇ ਬਦਲਾਅ ਇਹ ਦੇਖਣ ਨੂੰ ਮਿਲ ਰਿਹਾ ਵੀ ਜਿੱਥੇ ਪਹਿਲਾਂ ਇੱਕ ਥਾਣੇਦਾਰ ਦੇ ਨਾਲ 2-3 ਹੌਲਦਾਰ ਦੇ ਨਾਲ 5-7 ਸਿਪਾਹੀ ਹੁੰਦੇ ਸੀ, ਹੁਣ 5-7 ਥਾਣੇਦਾਰ ਹੁੰਦੇ ਨੇ, ਸਿਪਾਹੀ 1 ਹੁੰਦਾ ਹੈ। ਇਹ ਕੀ ਕਾਰਨ ਹੈ, ਇਹ ਬਦਲਾਅ ਕਿਵੇਂ ਆ ਗਿਆ ਜੀ? ਇਹ ਬਦਲਾਅ ਲਖਵਿੰਦਰ ਜੀ ਦੇਖੋ ਬੜੀ ਹਾਸੋਹੀਣੀ ਗੱਲ ਹੈ, ਸਾਡੇ ਰਾਜਨੀਤਿਕ ਲੋਕਾਂ ਦੀ ਸਮਝ ਦੇ ਨਾਲ ਜੁੜਿਆ ਹੋਇਆ ਮੁੱਦਾ ਇਹ ਜੀ, ਇਹ ਰਾਜਨੀਤੀ ਦੇ ਨਾਲ ਜੁੜਿਆ ਹੋਇਆ ਮੁੱਦਾ ਹੈ, ਇਹ ਪੁਲਿਸ ਦਾ ਮੁੱਦਾ ਹੈ ਜਿਹੜਾ ਲਖਵਿੰਦਰ ਜੀ, ਇਹ ਰਾਜਨੀਤੀ ਦੇ ਨਾਲ ਸਿੱਧਾ ਸਿੱਧਾ ਜੁੜਿਆ ਹੋਇਆ। ਮੈਂ ਤੁਹਾਨੂੰ ਇਹਦੀ ਪੂਰੀ ਹਿਸਟਰੀ ਦੱਸਦਾ, ਇਹ ਮਸਲਾ ਕੀ ਆ ਅਸਲ ਦੇ ਵਿੱਚ, ਇਹ ਬਦਲਾਅ ਕਿਵੇਂ ਹੋਇਆ। ਇਹ ਬਦਲਾਅ ਦੇ ਪਿੱਛੇ ਬਹੁਤ ਵੱਡੇ ਰਾਜਨੀਤਿਕ ਲੀਡਰ ਨੇ ਜਿਹੜੇ, ਉਹਨਾਂ ਦੀ ਸੋਚ ਕੰਮ ਕਰਦੀ ਹੈ। ਅਸਲ ਦੇ ਵਿੱਚ ਕੀ ਹੈ ਕਿ ਦੇਖੋ ਕੋਈ ਸਮਾਂ ਸੀਗਾ ਜਦੋਂ ਥਾਣੇਦਾਰ ਦੀ ਟੌਹਰ ਹੁੰਦੀ ਸੀ। ਪਿਛਲੇ ਦਿਨੀ ਮੇਰਾ ਇੱਕ ਮਿੱਤਰ ਹੈਗਾ, ਚਲੋ ਫੀਲਡ ਰਿਪੋਰਟਿੰਗ ਕਰਕੇ ਅਕਸਰ ਲੋਕਾਂ ਦੇ ਨਾਲ ਵਾਹ ਪੈਂਦਾ ਰਹਿੰਦਾ, ਚਲੋ ਕਈ ਚੰਗੇ ਮਿੱਤਰ ਵੀ ਬਣ ਜਾਂਦੇ ਨੇ। ਉਹ PCR ਵੈਨ ਲੈ ਕੇ ਜਾ ਰਿਹਾ ਸੀ ਜੀ, ਮੈਨੂੰ ਦੇਖ ਕੇ ਰੁਕ ਗਿਆ, ਮੈਂ ਖੜਾ ਸੀ ਸੜਕ ਦੇ ਉੱਤੇ, ਮੈਂ ਕਿਹਾ ਵੀ ਥਾਣੇਦਾਰਾ ਕੀ ਹਾਲ ਹੈ ਜੀ? ਕਹਿੰਦਾ ਗਿੱਲ ਸਾਹਿਬ ਕਾਹਦੇ ਹਾਲ ਹੈ, ਥਾਣੇਦਾਰਾਂ ਦੇ ਕੁੱਤੇ ਵਰਗੀ ਜੂਨ ਹੋ ਗਈ ਹੈ ਸਾਡੀ। ਮੈਂ ਬੜਾ ਸੋਚਿਆ, ਮੈਂ ਕਿਹਾ ਯਾਰ ਇੱਕ ਥਾਣੇਦਾਰ ਚੰਗੀ ਤਨਖਾਹ ਤੇ ਆਹ ਕੀ ਰੁਤਬਾ, ਹਾਂ ਰੁਤਬਾ ਥਾਣੇਦਾਰ, ਥਾਣੇਦਾਰ ਇੱਕ ਵੱਡਾ ਸ਼ਬਦ। ਮੈਂ ਪੁੱਛਿਆ, ਮੈਂ ਕਿਹਾ ਭਰਾਵਾ ਕੀ ਗੱਲ ਕੀ ਹੈ? ਕਹਿੰਦਾ ਯਾਰ ਕਿਸੇ ਸਮੇਂ ਥਾਣੇਦਾਰ ਦੀ ਜਿਹੜੀ ਡਿਊਟੀ ਹੁੰਦੀ ਸੀ ਉਹ ਸਿਟਿੰਗ ਜੋਬ ਸੀ, ਕੁਰਸੀ ਤੇ ਬਹਿ ਕੇ ਲੋਕਾਂ ਦੇ ਨਾਲ ਡੀਲ ਕਰਨਾ ਹੁੰਦਾ ਸੀ ਜੀ। ਤੇ ਹੁਣ ਤਾਂ ਕਹਿੰਦਾ ਕਦੇ ਸਾਨੂੰ ਸੰਤਰੀ ਪਹਿਰੇ ਤੇ ਲਾ ਦਿੰਦੇ ਨੇ, ਕਦੇ ਡੰਡਾ ਫੜਾ ਕੇ ਚੌਂਕ 'ਚ ਖੜਾ ਦਿੰਦੇ ਨੇ, ਕਦੇ ਕਹਿੰਦਾ ਕਹਿ ਦਿੰਦੇ ਨੇ PCR ਵੈਨ ਤੇ ਡਰਾਈਵਰ ਹੈ ਨਹੀਂ, ਸਿਪਾਹੀਆਂ ਦੀ ਬਹੁਤ ਘਾਟ ਹੈ, ਭਾਈ ਕਾਕਾ ਥਾਣੇਦਾਰਾ ਆਹ ਫੜ ਚਾਬੀ ਤੇ ਜਾ ਕੇ ਤੂੰ ਗਸ਼ਤ ਲਾ ਕੇ ਆ ਜੀ। ਹੁਣ ਉਹ PCR ਵੈਨ ਦੇ ਵਿੱਚ 3 ਥਾਣੇਦਾਰ, ਡਰਾਈਵਰ ਵੀ ਥਾਣੇਦਾਰ, ਸਿਪਾਹੀ ਕਿਤੇ ਵੀ ਨਾਲ ਵਾਲਾ ਵੀ ਥਾਣੇਦਾਰ ਤੇ ਜਿਹੜਾ ਮਗਰ ਬੈਠਾ ਉਹ ਵੀ ਥਾਣੇਦਾਰ, ਸਿਪਾਹੀ ਇੱਕ ਵੀ ਨਹੀਂ। ਦੇਖੋ ਤਰਾਸ ਦੀ ਹੈ ਜਿਹੜੀ। ਹੁਣ ਇਹ ਮਸਲੇ, ਇਹ ਮਸਲਾ ਬਣਿਆ ਕਿਵੇਂ, ਇਹ ਮੈਂ ਤੁਹਾਨੂੰ ਦੱਸਦਾ। ਇਹ ਜਦੋਂ 10 ਸਾਲ ਅਕਾਲੀ ਦਲ ਦੀ ਸਰਕਾਰ ਰਹੀ ਹੈ ਤਾਂ ਜਦੋਂ ਪਹਿਲੇ 5 ਸਾਲ ਸੀਗੇ ਜੀ, ਉਦੋਂ ਕੀ ਹੋਇਆ
जिस तरह सुनने दे विच आउंदा है कई बहुत भरोसेयोग जिहड़े साडे हैगे मुलाजम ने जिहड़े जिहड़े राजनीतिक लोकां दे नाल तैनात रहिंदे ने उहनां वल्लों दसी गई गल है हो सकदा है कि मजाक च किहा होवे पर लेकिन मजाक लगदी नहीं है जी क्योंकि जो असलीयत हकीकत मैं तुहानूं बयान करन जा रहा जी तां उहनां ने दस्सिया कि तीन चार जिहड़े हौलदार लगातार बादल परिवार के नाल चलते आ रहे थे लंबे समय तो उन्हें कहा जी साड़ी तरक्की नहीं हुई जी सानू तरक्की नहीं दिती जाती सर साडा कुछ करो जी तो कहते जी उत्थे छोटे बादल साहब बैठे से उन्होंने फुरना फुर गया कि अगे चोणा आ रही ने भी इन्हां दे परिवार भी ने पुलिस दियां वोटां भी बड़ियां ने चलो कोई ना इन्हां दी प्रमोशन भी हो जूगी तो पार्टी नूं वोटां भी मिल जाणगियां इन्होंने की किया जी जिन्हें हौलदार सीगे इन्होंने कहा जेकर अपने तिना असी प्रमोट किया तो रौला पै जाना बाकिया ने रौला पाना इन्होंने सारे ही हौलदार ठंडेदार बनाते हौलदार ही खत्म करते हूँ हौलदार खत्म करते तो जिन्हें सिपाही से सारे हौलदार बन गए थले सिपाही मुक गए तो सिपाही मुक गए चलो इन्हों तो फायदा हो गया वोटा मिल गई लेकिन थाने के सिपाही गायब हो गए हुण जिहड़ी नवीं भर्ती माड़ी मोटी हुई आ उही सिपाही ने विचारे वह हुण पढ़े लिखे मुंडे ने जां तां कंप्यूटर ते लाए हुए ने जी या फिर होर कम्मां ते लाए हुए ने या फिर एस एच ओ दे नाल जिहड़ा इक थाणे दा एस एच ओ हुंदा स्टेशन हैड अफसर उहदे नाल तीन चार जिहड़े सिपाही हुंदे ने उहनां दी तैनाती हुंदी है तां बाकी तां बचे ही नहीं सिपाही फिर थाणेदार ही रहि गए फिर संतरी पहरे भी थाणेदारां ने देणे ने ते फिर भाई चौंकां 'च भी थाणेदारां ने ही खड़े ने खड़ना तो गल हो गई कि थानेदारां दी बुक्कत खत्म करके एक जिहदा रुतबा हुंदा सीगा उहनां नूं इहनां ने सड़क ते लिया के खड़ा करता एक ओआरपी रैंक दे के बिल्कुल बिल्कुल सत्त छे सत्त हौलदारां नूं इक इक सिपाही बढ़ता भी तुसीं भाई इहदे उप्पर अपनी लाणेदारी झाड़ रही हुण थानेदारी इहनूं दिखाउणी आपदी जी सो मसला तो वैसे गंभीर है जी सरकार इस बार सोचना चाहिए भी नवे एक नौजवानों वैसे साढ़े माणयोग सी एम साहब उन्होंने वालों भगवंत सिंह मान उन्होंने एक बयान जरूर दिता सी भी आने वाले कुछ दिनों एक नोटिफिकेशन करांगे जिहदे विच 15,000 नवे पुलिस मुलाजम भर्ती किए जाएंगे हो सकता इन्हां दी थोड़ी जी फिर बेचारे की बुक्कत पै जाए जिहड़े थाणियां दे विच इन्हां नूं वापस बुलाया जाए तो नवी भर्ती की हुई चौंकां दे विच होणगे जां फिर ड्राइवरियां करदे हुण नजर आउणगे सो गिल साहब तुसीं गल्लबात जी मैं तुहानूं दसदा एक होर वड्डी त्रासदी दस दिंदा पुलिस डिपार्टमेंट दी जी देखो एक पासे तां जिहड़े सिपाही भर्ती होए सी जिहड़े राजनीतिक लोकां दे नाल लगातार गनमैन के तौर पर विचर रहे थे उन्होंने तो तरक्कियां की भरमार मिली है कई तो एस पी रिटायर होए ने ते जेड़े कोई 92-93 दे विच थानेदार भर्ती होए सी वो अज भी रिड़ रिड़ के मैनू लगता इंस्पैक्टर तक ही पहुंचे ने कई तो थानेदार ही भर्ती होए सी थानेदार ही रिटायर हो गए सारी उम्र ही लंघ गई असल दे विच त्रासदी की है जेकर कोई थानेदार जिहड़ा प्रोबेशनर भर्ती है जिहड़ा सीधा भर्ती है थानेदार भर्ती हुंदा सीधा तां उहदे वल्लों जेकर विभाग नूं कहा जांदा कि मैं जी मेरी तरक्की है जिहड़ी ड्यू पई है मैनूं तरक्की क्यों नहीं दिंदे हैगे या फिर अदालत ते चला जांदा कुछ इहो जी थानेदार अदालत दे विच चले गए सी उस तों बाद पुलिस विभाग ने देखो किड्डी वधिया कारगुजारी दिखाई इन्हां ने उत्थे एक जवाब दाखल करता जी कि इन्हां नूं तरक्की नहीं दित्ती जा सकदी तो देखो जिहड़े प्रोबेशनर भर्ती सी उह तां अज कई थानेदार भर्ती हो गए थानेदार ही रिटायर हो गए जी कई हुण इंस्पैक्टर तक मसा पहुंचे ने ते इक पासे कई सिपाही भर्ती हो के एस पी बन गए जी देखो किड्डी वड्डी त्रासदी है कि सिस्टम किदां दा कि जेकर कोई रिट पा दिंदा कि मेरा ये बनता है जी ये मेरे कह दिंदे ना आपां कि मेरी अधिकार है मेरा जी मेरा अधिकार है मेरी तरक्की जिहड़ी आ मैनूं मिलनी चाहीदी है मेरी तरक्की बनती है वह अदालत चला जांदा है विभाग के खिलाफ तो उत्थे ये अजिहा कोई ना कोई अड़िंगा डाउंदे ने अजिहा अड़ंगा लाउंदे ने उत्थे कोई ना कोई कि वह मामला कोर्टां दे विच ही उलझ के रह जांदा यही मामलिया करके करीबन पंजाब पुलिस दे 3500 तो 3800 जिहड़े थानेदार हैगे ने वो अज भी प्रभावित ने जिन्हां नूं तरक्कियां नहीं मिल रही क्योंकि विभाग के खिलाफ उन्होंने कोर्ट जाने की जरूरत की तो लोड़ है इत्थे भी सरकारां नूं थोड़ा ध्यान देने की
कि जिन्हें जेडे डिजर्व करते हैं जेडे अपनी इन सेवावान दे चुके ने इन्ने साल उन्होंने उन्होंने रैंक दिते जान ते ए भर्ती भी है जी ये जरूर की जाए क्योंकि सिपाही खत्म होंगे जा रहे हैं तो थानेदार की बाली भरमार हो गई है। जो बिल्कुल बिल्कुल सर रुजगार बहुत जरूरी है। सो सरकार अज मैं पहला भी गल की भगवंत सिंह मान साडे मानयोग सीएम उन्होंने वालों ये बयान जरूर आया कि 15,000 भर्ती की जाएगी मुलाजमान की पंजाब पुलिस के नोटिफिकेशन कदों होंदा है ये भी आने वाले कुछ दिन क्लीयर हो जाएगा। तो 15,000 नवे मुलाजम नवी भर्ती पंजाब पुलिस के लिए एक ऐलान होया गा। सो गिल साहब तुम गलबात करने के लिए साढ़े अच्छ जुड़े उस बहुत बहुत धन्यवाद। धन्यवाद लखविंदर जी। सो इस सन मेरे सीनियर सहयोगी अवतार सिंह गिल साहब जिन्होंने इन अहम खबरों के उपर अहम मुद्दों के उपर गल सेहत सहूलतों की करिए गल पानिया की करिए सो उन्होंने उपर विस्तार देना विचार चर्चा की क्योंकि लोगों को जरूरत है इस बारे थोड़ा जहा अवेयर होने की क्योंकि सिर्फ दाल मुफ्त पानी मुफ्त बिजली ये जरूरी चलो मानते जरूरी है लेकिन सब तो ज़्यादा जरूरी है सेहत। सो सेहत की गल करनी चाहिए। दूसरा इन्होंने गल की अपने हकों की भी साडा पानी साडे हक ने साडा कुदरती सोमा ने उन्होंने बचाने की बड़ी लोड़ है। सो बाहरी ताकत जो डाका मारन तैयार खड़े ने उन्होंने मूँह तोड़ जवाब साडे सरकारों नूं देना चाहिए। सो तुहानूं गिल साहब के विचार किस तरह लगे सानूं कमेंट करके जरूर दस्सो। अगले प्रोग्राम फिर तो साडी होएगी मुलाकात कुछ होर खबरों के उपर करांगे विचार चर्चा। उद तक सानूं दिओ इजाजत।